ਮਿਲਿਓ। ਮੈਂ ਤੁਹਾਡਾ ਪ੍ਰਾਣ ਚਾਰਕ ਮੀਆਂ ਆਸਫ ਅਲੀ ਤੇ ਬਾਬਾ ਜੀ ਗੁਰੂ ਨਾਨਕ ਜੀ ਦੇ 555ਵੇਂ ਜਨਮ ਦਿਨ ਦੇ ਮੌਕੇ ਤੇ ਇਸ ਟਾਈਮ ਨਨਕਾਣਾ ਸਾਹਿਬ ਜਨਮ ਸਥਾਨ 'ਚ ਮੌਜੂਦ ਹਾਂ ਮੈਂ ਤੇ ਇੱਥੇ ਤਕਰੀਬਾਤ ਦਾ ਸਿਲਸਿਲਾ ਜਾਰੀ ਆ ਤੇ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਕੁਛ ਪ੍ਰਾਹੁਣੇ ਆਏ ਹੋਏ ਆ ਬਾਹਰੋਂ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਰੇਸ਼ਮ ਸਿੰਘ ਹੈ ਜੀ। ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਹਾਂ ਜੀ ਤਰਨ ਤਾਰਨ ਤੋਂ, ਪੰਜਾਬ ਤੋਂ। ਪੰਜਾਬ ਤੋਂ ਤੇ ਪਹਿਲੀ ਵਾਰੀ ਆਏ ਹੋ? ਹਾਂਜੀ ਪਹਿਲੀ ਵਾਰ ਆਏ ਹਾਂ। ਤੇ ਕੈਸਾ ਲੱਗਿਆ ਆ ਕੇ ਪਹਿਲੀ ਵਾਰੀ? ਪਹਿਲਾਂ ਤਾਂ ਇਹ ਦੱਸੋ। ਸਭ ਤੋਂ ਪਹਿਲਾਂ ਤਾਂ ਅਸੀਂ ਧਰਨਾ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਤੋਂ ਆਏ ਹਾਂ ਜੀ। ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬਾਘਾ ਫਤਿਹ ਆਏ ਹਾਂ, ਉਸ ਤੋਂ ਬਾਅਦ ਅਸੀਂ ਪਾਕਿਸਤਾਨ ਵਿੱਚ ਐਂਟਰੀ ਹੋਏ ਹਾਂ। ਬਹੁਤ ਹੀ ਸਵਾਗਤ ਸਾਡਾ, ਮਤਲਬ ਹਾਰ ਪਾ ਕੇ ਜਿੰਨਾ ਵੀ ਸਵਾਗਤ ਬਹੁਤ ਹੀ ਜ਼ਿਆਦਾ ਕੀਤਾ ਗਿਆ ਸਾਡਾ। ਬਹੁਤ 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 ਧੰਨਵਾਦੀ ਹਾਂ ਪਾਕਿਸਤਾਨ ਸਰਕਾਰ ਦੇ, ਇੱਥੋਂ ਦੇ ਲੋਕਾਂ ਦੇ। ਬਾਕੀ ਇੱਥੇ ਆ ਕੇ ਸਾਹਿਬ ਪਹੁੰਚ ਕੇ ਜੋ ਪ੍ਰਬੰਧ ਵੇਖੇ ਆ ਲੰਗਰਾਂ ਦੇ ਜਾਂ ਇੱਥੋਂ ਦੇ ਲੋਕ ਬਹੁਤ ਵਧੀਆ ਨੇ, ਬਹੁਤ ਹੀ ਸਵਾਗਤ ਕਰਦੇ ਨੇ, ਬਹੁਤ ਹੀ ਵਧੀਆ ਨੇ। ਤੇ ਹੁਣ ਤੁਸੀਂ ਆਏ ਹੋਏ ਹੋ, ਕੱਲ ਦੇ ਆਏ ਹੋ ਇੱਥੇ, ਇੱਥੇ ਆ ਕੇ ਤੁਸੀਂ ਹਾਲੇ ਤੱਕ ਜਿਹੜਾ ਤੁਹਾਡਾ ਕੀ ਅਹਿਸਾਸ ਤੇ ਜਜ਼ਬਾਤ ਆ ਇੱਥੇ ਪਾਕਿਸਤਾਨ ਪਹੁੰਚ ਕੇ? ਇੱਥੇ ਆ ਕੇ ਸਾਨੂੰ ਇਹ ਹੀ ਆ ਕਿ ਅਸੀਂ ਇੱਥੇ ਆਏ ਹਾਂ ਅਤੇ ਸਾਡਾ ਬਹੁਤ ਹੀ ਇੱਥੇ ਦੇ ਲੋਕਾਂ ਨੇ ਸਾਡੇ ਨਾਲ ਪਿਆਰ ਕੀਤਾ ਹੈ ਕਿ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਜੀ ਸਾਨੂੰ। ਕਿ ਪਾਕਿਸਤਾਨ ਦੀ ਕਿਹੜੀ ਸ਼ਾਇਦ ਸੀ ਜਿਹੜੀ ਤੁਸੀਂ ਸੁਣੀ ਹੋਈ ਸੀ ਬੜੇ ਅਰਸੇ ਤੋਂ ਅਤੇ ਸੋਚਿਆ ਸੀ ਜਾ ਕੇ ਦੇਖਣੀ ਲਾਜ਼ਮੀ? ਅਸੀਂ ਸਭ ਇਹੀ ਸੋਚਿਆ ਸੀ ਕਿ ਅਸੀਂ ਪਾਕਿਸਤਾਨ ਪਹੁੰਚ ਕੇ ਸ੍ਰੀ ਨਨਕਾਣਾ ਸਾਹਿਬ ਦੇਖਣਾ ਅਤੇ ਨਨਕਾਣਾ ਸਾਹਿਬ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਾ। ਅਤੇ ਫਿਰ ਅੱਗੇ ਕੀ ਦੇਖਣਾ ਹੁਣ? ਹੁਣ ਇਸ ਤੋਂ ਬਾਅਦ ਅਸੀਂ ਲਾਹੌਰ ਜਾਵਾਂਗੇ, ਲਾਹੌਰ ਤੋਂ ਬਾਅਦ ਕਰਤਾਰਪੁਰ ਸਾਹਿਬ ਜਾਵਾਂਗੇ। ਲਾਹੌਰ 'ਚ ਕੀ ਦੇਖਣਾ? ਲਾਹੌਰ ਸਾਹਿਬ ਹੀ ਦੇਖਾਂਗੇ ਜੀ। ਅੱਛਾ, ਹਾਂ ਚਲੋ। ਅਤੇ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਮੁੜ ਕੇ ਵੀ ਆਉਣਾ ਤੁਸੀਂ। ਅਤੇ ਉੱਧਰਲੇ ਬਾਕੀ ਲੋਕਾਂ ਲਈ ਤੁਹਾਡਾ ਕੀ ਮੈਸੇਜ ਆ ਚੜ੍ਹਦੇ ਪੰਜਾਬ ਦੇ? ਇਹੀ ਆ ਕੇ ਕਹਾਂਗੇ ਕਿ ਅਸੀਂ ਉੱਥੇ ਗਏ ਹਾਂ, ਸਾਨੂੰ ਬਹੁਤ ਵਧੀਆ ਲੱਗਾ ਕਿ ਇਹੀ ਕਹਾਂਗੇ ਕਿ ਤੁਸੀਂ ਅਗਲੇ ਸਾਲ ਗੁਰਪੁਰਬ 'ਤੇ ਆਓ ਅਤੇ ਇੱਥੋਂ ਦੇ ਲੋਕਾਂ ਨਾਲ ਆ ਕੇ ਟਾਈਮ ਸਪੈਂਡ ਕਰੋ। ਬਹੁਤ ਚੰਗਾ ਲੱਗਾ ਜੀ ਇਹਨਾਂ ਨਾਲ ਗੱਲਬਾਤ ਕਰਕੇ। ਦੇਖੋ ਜੀ, ਨਨਕਾਣਾ ਸਾਹਿਬ ਆਉਣ ਦਾ ਚਾਅ ਤਾਂ ਹੁੰਦਾ ਹੀ ਹੁੰਦਾ ਸਾਰਿਆਂ ਨੂੰ, ਪਰ ਉਹਨਾਂ ਨੂੰ ਇਹ ਵੀ ਬੜੀ ਖੁਸ਼ੀ ਹੈ ਕਿ ਇੱਥੇ ਉਹਨਾਂ ਦਾ ਜਿਹੜਾ ਸਵਾਗਤ ਬੜਾ ਸ਼ਾਨਦਾਰ ਹੋਇਆ।